ਸ੍ਰੀ ਅਕਾਲ ਪ੍ਰਾਈਮ 18 ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿੱਦਾਂ ਕਿ ਸਾਰੀ ਦੁਨੀਆ ਵਿੱਚ ਮਹਾਮਾਰੀ ਨੇ ਭਿਆਨਕ ਰੂਪ ਲਿਆ ਹੋਇਆ ਹੈ, ਜਿਸ ਦੇ ਚੱਲਦਿਆਂ ਮੰਦੀ ਦੇ ਦੌਰ ਵਿੱਚੋਂ ਹਰੇਕ ਇੰਡਸਟਰੀਅਲ ਗੁਜ਼ਰ ਰਿਹਾ ਹੈ। ਉਸ ਦੇ ਚੱਲਦੇ ਹੀ ਅੰਮ੍ਰਿਤਸਰ ਵਿੱਚ ਇੱਕ ਖਾਸ ਨਕਲੀ ਮਟੀਰੀਅਲ ਪੈਕਿੰਗ ਦੀ ਖੇਦ ਬਰਾਮਦ ਕੀਤੀ ਹੈ। ਡਾਕਟਰ ਭਾਰਤੀ ਭਵਨ DHO ਨੇ ਛਾਪੇਮਾਰੀ ਦੌਰਾਨ ਜਾਲੀ ਨਮਕ ਅਤੇ ਸੁਦਰਸ਼ਨ ਪੱਤਾ ਛਾਪ ਤੰਬਾਕੂ ਦੀ ਭਾਰੀ ਮਾਤਰਾ ਖੇਦ ਬਰਾਮਦ ਕੀਤੀ ਹੈ। ਅੰਮ੍ਰਿਤਸਰ ਤੋਂ ਸਨੀ ਮਹਿਰਾ ਦੀ ਵਿਸ਼ੇਸ਼ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਮਟੀਰੀਅਲ ਤਕਰੀਬਨ 50 ਤੋਂ 60 ਲੱਖ ਰੁਪਏ ਦਾ ਹੈ। ਮਟੀਰੀਅਲ ਸਾਰਾ ਪੁਲਿਸ ਵੱਲੋਂ ਸੀਜ਼ ਕਰ ਲਿਆ ਗਿਆ ਹੈ ਅਤੇ ਮਾਮਲਾ ਵਿਭਾਗ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ ਹੈ। ਇਸ ਮੌਕੇ ਰੇਡ ਕਰਦੇ ਹੋਏ ਟਾਟਾ ਸਾਲਟ ਨਮਕ ਦੇ ਪੈਕਿੰਗ ਦੇ ਪੈਕਟ ਵੀ ਬਰਾਮਦ ਹੋਏ ਹਨ, ਜੋ ਕਿ ਨਖੇਪੀ ਯੋਗ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਅੰਮ੍ਰਿਤਸਰ ਤੋਂ ਸਨੀ ਮਹਿਰਾ ਦੀ ਵਿਸ਼ੇਸ਼ ਰਿਪੋਰਟ। ਧੰਨਵਾਦ। ਬਾਕੀ ਖਬਰਾਂ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ। ਮੈਂ ਅੰਬਾਲਾ ਸਿਟੀ ਸੇ ਹੂੰ, ਸੁਦਰਸ਼ਨ ਟਬੈਕੋ ਕੰਪਨੀ ਸੇ, ਔਰ ਅਭੀ ਹਮਨੇ ਯਹਾਂ ਪੇ ਅੰਮ੍ਰਿਤਸਰ ਮੇਂ ਬੜੀ ਮਾਤਰਾ ਮੇਂ ਇੱਕ ਸੁਦਰਸ਼ਨ ਕੇ ਜੋ ਪ੍ਰੋਡਕਟ ਹੈ ਹਮਾਰਾ ਪੱਤਾ ਛਾਪ ਕੇ ਨਾਮ ਸੇ, ਉਸਕੀ ਬੜੀ ਖੇਪ ਪਕੜੀ ਹੈ, ਔਰ ਕਾਫੀ ਸਮੇਂ ਸੇ ਹਮ ਇਸ ਚੀਜ਼ ਕੇ ਪੀਛੇ ਲਗੇ ਹੋਏ ਥੇ, ਕਿਉਂਕਿ ਹਮਾਰਾ ਸਾਰਾ ਕਾਮ ਡਿਸਟਰਬ ਕੀਆ ਹੁਆ ਥਾ, ਪੂਰੇ ਹਿਮਾਚਲ ਮੇਂ, ਹਮਾਰੇ ਹਰਿਆਣਾ ਮੇਂ, ਪੰਜਾਬ ਮੇਂ ਇਨ ਲੋਗੋਂ ਕੀ ਚੈਨ ਬਹੁਤ ਲੰਬੀ ਹੈ, ਔਰ ਆਜ ਪੁਲਿਸ ਨੇ ਬਹੁਤ ਅੱਛਾ ਕਾਮ ਕੀਆ ਹੈ ਇਸ ਪੂਰੀ ਖੇਤ ਕੋ ਪਕੜ ਕੇ, ਔਰ ਹਮੇ ਪੂਰਾ ਵਿਸ਼ਵਾਸ ਹੈ ਕਿ ਜਿਸ ਸ਼ਖਸ ਕੋ ਪਕੜਾ ਹੈ ਉਸੇ ਜਹਾਂ ਸੇ ਯੇ ਸ਼ੁਰੂ ਹੋਈ ਹੈ ਚੈਨ, ਉਸ ਪੂਰੀ ਚੈਨ ਕੋ ਪਕੜਨੇ ਮੇਂ ਕਾਮਯਾਬੀ ਮਿਲੇਗੀ। ਸਰ ਅਭੀ ਤੱਕ ਹਮ ਲੋਗੋਂ ਨੇ 2 ਲੋਗੋਂ ਕੋ ਪਕੜਾ ਹੈ ਪੁਲਿਸ ਨੇ, ਜਿਸਮੇ ਇੱਕ ਹਿਤੇਸ਼ ਨਾਮ ਕਾ ਸ਼ਖਸ ਹੈ, ਔਰ ਉਸਕੇ ਸਾਥ ਵਿਸ਼ਾਲ ਹੈ ਜੋ ਉਸਕੇ ਸਾਥ ਅਸਿਸਟੈਂਟ ਹੈ ਜੋ ਕਿ ਮਾਰਕੀਟ ਮੇਂ ਜਾ ਕੇ ਆਰਡਰਸ ਲੈ ਕੇ ਆਤਾ ਹੈ, ਔਰ ਹਿਤੇਸ਼ ਜੋ ਆਪਣੇ ਆਪ ਕੋ ਉਸ ਮਾਲਿਕ ਬਤਾਤਾ ਹੈ ਜੋ ਡੁਪਲੀਕੇਟ ਪੱਤਾ ਛਾਪ ਬਣਾ ਰਹਾ ਹੈ, ਔਰ ਉਹ ਵੀ ਉਸਕਾ ਮੈਨੂਫੈਕਚਰਰ ਹੈ। ਤੋ ਕਾਫੀ ਭਾਰੀ ਮਾਤਰਾ ਮੇਂ ਮਾਲ ਪਕੜਾ ਹੈ, ਔਰ ਅਭੀ ਫੈਕਟਰੀ ਮੇਂ ਆ ਕੇ ਛਾਪਾ ਮਾਰਾ ਹੈ ਇਹਨੂੰ, ਔਰ ਅਭੀ ਚੈਕਿੰਗ ਕਰ ਰਹੇ ਹੈ ਸਾਰੀ ਕੀ ਔਰ ਕਿਆ ਕਿਆ ਨਕਲੀ ਚੀਜ਼ੇ ਬਣਾਤੇ ਹੈ, ਪਰ ਹਮਾਰੀ ਕੰਪਨੀ ਕੋ ਬਹੁਤ ਬੜਾ ਭਾਰੀ ਕਰੋੜੋ ਰੁਪਏ ਕਾ ਨੁਕਸਾਨ ਕਰ ਚੁੱਕੇ ਹੈ ਅਬ ਤੱਕ ਯੇ ਲੋਗ, ਔਰ ਹਮੇ ਪੁਲਿਸ ਸੇ ਬਹੁਤ ਅੱਛੀ ਉਮੀਦ ਹੈ ਕਿ ਇਹ ਬਹੁਤ ਅੱਛਾ ਕੰਮ ਕਰ ਰਹੇ ਹੈ, ਹਮਾਰਾ ਸਾਥ ਨਿਭਾ ਰਹੇ ਹੈ, ਹਮੇ ਬਹੁਤ ਵਿਸ਼ਵਾਸ ਹੈ ਪੁਲਿਸ ਵਿੱਚ। ਮੈਂ ਡਾਕਟਰ ਭਾਰਤੀ ਧਵਨ DHO ਅੰਮ੍ਰਿਤਸਰ ਜੀ, ਐਂਡ ਇਹ ਜਿਹੜੀ ਫੈਕਟਰੀ ਫੜੀ ਗਈ ਹੈ ਇਹ ਹੈ ਐਡਲਟਰੇਸ਼ਨ ਆਫ ਟਬੈਕੋ ਜੀ, ਕੋਈ ਪੱਤਾ ਛਾਪ ਟਬੈਕੋ ਹੈ, ਉਹਨਾਂ ਨੇ ਕੰਪਲੇਂਟ ਕੀਤੀ ਸੀ ਕਿ ਉਹਨਾਂ ਦਾ ਇੰਚ ਐਡਲਟਰੇਟਡ ਕਰਕੇ ਉਹਨਾਂ ਦੇ ਪਾਊਚਿਸ ਬਣਵਾ ਕੇ, ਆਰਟੀਫਿਸ਼ਲ ਪਾਊਚਿਸ ਬਣਵਾ ਕੇ, ਐਂਡ ਉਹਦੇ ਵਿੱਚ ਦੁਬਾਰਾ ਰੀਪੈਕਿੰਗ ਕਰਕੇ ਅਤੇ ਉਹਨਾਂ ਵੇਚਿਆ ਜਾ ਰਿਹਾ, ਅਤੇ ਇਸ ਕਰਕੇ ਅਸੀਂ ਅੱਜ ਆਏ ਹਾਂ ਪੁਲਿਸ ਦੀ ਟੀਮ ਦੇ ਨਾਲ ਇੱਥੇ, ਐਂਡ ਇੱਥੇ ਇੱਕ ਹੋਰ ਵੀ ਦੇਖਣ ਚ ਆਈ ਹੈ ਚੀਜ਼ ਕਿ ਇੱਥੇ ਟਾਟਾ ਸੋਲਟ ਦੇ ਲਿਫਾਫੇ ਵੀ ਉਹਦੇ ਵਿੱਚ ਵੀ ਐਡਲਟਰੇਸ਼ਨ ਹੋ ਰਹੀ ਹੈ, ਅਤੇ ਉਹ ਲਿਫਾਫੇ ਵੀ ਅਸੀਂ ਕਾਫੀ ਮਾਤਰਾ 'ਚ ਇੱਥੇ ਪ੍ਰਾਪਤ ਕੀਤੇ ਹੈ, ਅਤੇ ਸੋਲਟ ਵੀ ਹੈ ਜਿਹੜਾ ਖੁੱਲ੍ਹਾ ਸੋਲਟ ਵੀ ਹੈ, ਐਂਡ ਪੈਕ ਸੋਲਟ ਉਹ ਦੋਨੋਂ ਅਸੀਂ ਇੱਥੇ ਲੱਭੇ ਨੇ, ਅਤੇ ਅੱਗੇ ਅਸੀਂ ਉਹਨਾਂ ਦੇ ਸੈਂਪਲ ਭਰ ਲਏ ਨੇ ਅਤੇ ਦੇਖਦੇ ਹਾਂ ਕਿ ਕੀ ਹੁਣ ਬਿਲਡਿੰਗ ਸੀਲ ਵੀ ਕੀਤੀ ਜਾਏਗੀ ਜੀ। ਬਿਲਡਿੰਗ ਸੀਲ ਕਰਨ ਦਾ ਕੰਮ ਕਿਉਂਕਿ ਇਹ ਹੈ ਕੋਟਪਾ ਦੇ ਅੰਡਰ, ਅਤੇ ਇਹਦੇ ਵਾਸਤੇ DHO ਦੇ ਅੰਡਰ ਇਹ ਕੰਮ ਨਹੀਂ ਆਉਂਦਾ, ਇਹ ਸਾਡੀ ਕੋਟਪਾ ਦੀ ਟੀਮ ਹੀ ਫਾਈਨਲਾਈਜ਼ ਕਰੇਗੀ ਕਿ ਇਹਨੂੰ ਸੀਲ ਕਰਨਾ, ਬਾਕੀ ਪੁਲਿਸ ਨੇ ਤਾਂ ਇਹਨੂੰ ਕਰ ਹੀ ਲਿਆ ਹੈ ਆਪਣੇ ਕਬਜ਼ੇ 'ਚ ਇਸ ਬਿਲਡਿੰਗ ਨੂੰ। ਹੁਣ ਤਕਰੀਬਨ ਕਿੰਨਾ ਕੁ ਦਾ ਮਾਲ ਇੱਥੋਂ ਦੀ ਬਰਾਮਦ ਹੋਇਆ? ਹਾਂ, ਦੈਟਸ ਆਈ ਕਾਂਟ ਸੇ ਬਿਕੋਜ਼ ਆਈ ਡੋਂਟ ਡੀਲ ਵਿਦ ਟਬੈਕੋ, ਆਈ ਹਾਊ ਕੈਨ ਆਈ ਸੇ, ਬਟ ਆਈ ਥਿੰਕ ਮਿਨੀਮਮ 50-60 ਲੱਖ। ਇਹਦੇ ਜੇ ਪੱਤਾ ਛਾਪ ਤੰਬਾਕੂ ਕੰਪਨੀ ਹੈ ਇੱਕ, ਉਹਨਾਂ ਨੇ ਕਾਪੀਰਾਈਟ ਦਾ ਮੁਕਦਮਾ ਦਰਜ ਕਰਾਇਆ, ਉਹਦੇ ਸੰਬੰਧੀ ਇੱਥੇ ਆਏ ਹਾਂ ਚੈੱਕ ਕਰਨ ਲਈ ਗਡਾਊਂ 'ਚੋਂ, ਜੋ ਵੀ ਇੱਥੇ ਬਰਾਮਦ ਹੁੰਦਾ ਉਹਦੇ ਅਕੋਰਡਿੰਗ ਕਾਰਵਾਈ ਕੀਤੀ। ਸਰ ਕਿੰਨੇ ਕੁ ਬੰਦੇ ਹੋ ਰਹੇ? ਇਹਦੇ ਫਿਲਹਾਲ 2 ਬੰਦੇ ਅਰੈਸਟ ਕੀਤੇ ਗਏ ਹੈ ਜੀ, ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ, ਇਸ ਤੋਂ ਅੱਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਜਿਹੜੇ ਨਾ ਆਏ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ। ਸਰ ਕਿੰਨੇ ਕੁ ਦਾ ਮਾਲ ਹੈ? ਇਹ ਐਨਾਲਿਸਿਸ ਕਰਦੇ ਹਾਂ ਜੀ ਸਾਰਾ, ਹੁਣ ਚੈੱਕ ਕਰਦੇ ਹਾਂ, ਜੋ ਵੀ ਪਾਇਆ ਗਿਆ ਤਾਂ ਉਹਦੀ ਰਿਪੋਰਟ ਬਣਾਈ ਜਾਊ। ਇਹਦੇ ਕਾਪੀਰਾਈਟ ਹੈ ਜੀ, ਟ੍ਰੇਡ ਕਾਪੀਰਾਈਟ ਨਾਲ ਤੋਂ ਫਰਕ ਨਹੀਂ।